ਸਤਿ ਸ਼੍ਰੀ ਅਕਾਲ ਦੇਸੀ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਅੱਜ ਇੱਕ ਬੁੱਕ ਰਿਲੀਜ਼ ਹੋਈ ਹੈ ਸੱਚ ਤਲਬ ਸੱਚ ਦੀ ਜਿਹਨੂੰ ਲਿਖਿਆ ਹੈ ਸੁੱਖ ਜੀ ਨੇ ਅਤੇ ਸੁੱਖ ਜੀ ਸਾਡੇ ਨਾਲ ਨੇ ਕਰਾਉਂਦੇ ਹਾਂ ਉਹਨਾਂ ਨਾਲ ਗੱਲਬਾਤ ਅਤੇ ਜਾਣਦੇ ਹਾਂ ਬੁੱਕ ਵਿੱਚ ਕਿਹੜੇ ਕਿਹੜੇ ਟੋਪਿਕਸ 'ਤੇ ਲਿਖਿਆ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜਿਹੜੀ ਤੁਹਾਡੀ ਬੁੱਕ ਹੈ ਤਲਬ ਸੱਚ ਦੀ ਟੋਪਿਕ ਮਤਲਬ ਟਾਈਟਲ ਇਜ਼ ਔਸਮ ਇੱਥੇ ਕਿਹੜੇ ਕਿਹੜੇ ਟੋਪਿਕਸ ਨੂੰ ਮੱਦੇਨਜ਼ਰ ਰੱਖ ਕੇ ਤੁਸੀਂ ਕਵਿਤਾਵਾਂ ਕਹਾਣੀਆਂ ਲਿਖੀਆਂ ਜੀ ਸਭ ਤੋਂ ਮੇਨ ਗੱਲ ਮੈਂ ਦੱਸਦਾ ਜੀ ਪਹਿਲਾਂ ਜ਼ਿੰਦਗੀ ਜ਼ਿੰਦਾਬਾਦ ਅਤੇ ਇਨਸਾਨੀ ਜ਼ਿੰਦਾਬਾਦ ਦੇ ਬੈਨਰ ਹੇਠ ਮੈਂ ਵਰਕ ਕਰਦਾ ਜੀ ਉਸੇ ਨੂੰ ਲੈ ਕੇ ਅਸੀਂ ਇਹ ਤਲਬ ਸੱਚ ਦੀ ਲਿਖੀ ਹੈ ਜੀ ਇਹਦੇ ਵਿੱਚ ਤੁਹਾਨੂੰ ਕਵਿਤਾਵਾਂ ਮਿਲ ਜਾਣਗੀਆਂ ਮੋਟੀਵੇਸ਼ਨਲ ਸੌਂਗ ਮਿਲ ਜਾਣਗੇ ਗੀਤ ਖੁੱਲ੍ਹੀ ਕਵਿਤਾ ਜੀ ਅਤੇ ਇੱਕ ਨਵੀਂ ਚੀਜ਼ ਇਹਦੇ ਵਿੱਚ ਕਹਾਣੀਆਂ ਵੀ ਨੇ ਸੋ ਇਹ ਸਾਰਾ ਇੱਕ ਅਸੀਂ ਗੁਲਦਸਤਾ ਟਾਈਪ ਤਿਆਰ ਕੀਤਾ ਜੀ ਸੋ ਇਹਦੇ ਵਿੱਚ ਇਹ ਸਾਰਾ ਸਭ ਤਰ੍ਹਾਂ ਦਾ ਮੈਟਰ ਹੈ ਜੀ ਕਿਹੜੇ ਮੁੱਦਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਕਵਿਤਾਵਾਂ ਲਿਖੀਆਂ ਨੇ ਕਿਉਂਕਿ ਹੁਣ ਦੇਖੀਏ ਨਾ ਬੁੱਕਸ ਬਹੁਤ ਘੱਟ ਲੋਕ ਬੁੱਕਸ ਲਿਖਦੇ ਨੇ ਕਿਉਂਕਿ ਸਾਰਾ ਜਿਹੜਾ ਟ੍ਰੈਂਡ ਹੈ ਉਹ ਸੋਸ਼ਲ ਮੀਡੀਆ ਦਾ ਓਨ ਕਰਕੇ ਲੋਕਾਂ ਕੋਲ ਟਾਈਮ ਨਹੀਂ ਹੈ ਪੜ੍ਹਨ ਲਈ ਹੈ ਨਾ ਅਤੇ ਕਿਹੜੇ ਮੁੱਦਿਆਂ ਨੂੰ ਨਜ਼ਰ ਰੱਖ ਕੇ ਤੁਸੀਂ ਇਹ ਕਵਿਤਾਵਾਂ ਲਿਖੀਆਂ ਨੇ ਕੀ ਮੈਸੇਜ ਤੁਸੀਂ ਲੋਕਾਂ ਨੂੰ ਕਨਵੇ ਕਰਨਾ ਚਾਹੁੰਦੇ ਜੀ ਸਾਡਾ ਮੇਨ ਮੈਸੇਜ ਹੈ ਜੀ ਅਸੀਂ ਪੰਜਾਬ ਬਦਲਣਾ ਪੰਜਾਬ ਸੁਧਾਰਨਾ ਵਧੀਆ ਤਰੀਕੇ ਨਾਲ ਪੰਜਾਬ ਨੂੰ ਦੁਬਾਰਾ ਆਪਦੇ ਪੈਰਾਂ 'ਤੇ ਰੰਗਲਾ ਪੰਜਾਬ ਬਣਾਉਣਾ ਸੋ ਉਸੇ ਰਿਲੇਟਡ ਇਹਦੇ ਵਿੱਚ ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਹੈ ਜੀ ਜੋ ਬਲਾਤਕਾਰ ਹੋ ਰਹੇ ਰੇਪ ਦੀ ਗੱਲ ਕੀਤੀ ਗਈ ਆ ਕੁੜੀਆਂ ਜੋ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਅਸੁਰੱਖਿਅਤ ਉਹਦੀ ਗੱਲ ਕੀਤੀ ਗਈ ਆ ਰਾਜਨੀਤੀ ਦੀ ਗੱਲ ਕੀਤੀ ਗਈ ਆ ਇਸ ਤੋਂ ਇਲਾਵਾ ਜੋ ਵੀ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਪੰਜਾਬੀ ਮਾਂ ਬੋਲੀ ਦੀ ਕੰਟਰੀਬਿਊਸ਼ਨ ਦੀ ਵੀ ਗੱਲ ਕੀਤੀ ਸੀਗੀ ਪ੍ਰੈਸ ਕਾਨਫਰੰਸ 'ਤੇ ਕਿ ਮੈਂ ਪੰਜਾਬੀ ਮਾਂ ਬੋਲੀ ਲਈ ਹੀ ਕੰਟਰੀਬਿਊਟ ਕਰ ਰਿਹਾ ਹੈਗਾ ਹੈ ਨਾ ਕਿਉਂਕਿ ਅਗਰ ਦੇਖਿਆ ਜਾਏ ਤਾਂ ਪੰਜਾਬੀ ਮਾਂ ਬੋਲੀ ਨੂੰ ਅਸੀਂ ਦੇਖੀਏ ਤਾਂ ਲੋਕ ਭੁੱਲਦੇ ਜਾ ਰਹੇ ਨੇ ਹਿੰਦੀ ਦਾ ਟ੍ਰੈਂਡ ਹੈ ਅਤੇ ਕਿੰਨੀਆਂ ਕੁ ਔਂਕੜਾਂ ਦਾ ਤੁਹਾਨੂੰ ਕਹਿੰਦੇ ਨਾ ਕਸੌਟੀਆਂ ਦਾ ਸਾਹਮਣਾ ਕਰਨਾ ਪਿਆ ਇਹ ਬੁੱਕ ਲਿਖਣ ਵੇਲੇ ਕਿਉਂਕਿ ਇਟਸ ਯੋਰ ਫਸਟ ਬੁੱਕ ਜਦੋਂ ਪਹਿਲਾਂ ਆਪਾਂ ਕੁਝ ਵੀ ਚੀਜ਼ ਲਿਖਦੇ ਹਾਂ ਕੋਈ ਗਾਈਡੈਂਸ ਨਹੀਂ ਹੁੰਦੀ ਹੈ ਨਾ ਆਪਾਂ ਐਕਸਪੈਰੀਮੈਂਟ ਜਿਹਾ ਹੀ ਕਰਦੇ ਹਾਂ ਕਿੰਨੀ ਕੁ ਮੁਸੀਬਤਾਂ ਤੁਹਾਡਾ ਸਾਹਮਣਾ ਕਰਨਾ ਦੇਖੋ ਜੀ ਮੁਸੀਬਤ ਨਹੀਂ ਜ਼ਿਆਦਾ ਤੁਸੀਂ ਕਹਿ ਸਕਦੇ ਪਰ ਮੇਰਾ ਦਿਲ ਬੜਾ ਦੁਖਿਆ ਜੀ ਮੈਂ ਇਹ ਦੁਖੀ ਹੋ ਕੇ ਬੜੀਆਂ ਰਚਨਾਵਾਂ ਇਹ 'ਚ ਲਿਖੀਆਂ ਨੇ ਉਹਦਾ ਕਾਰਨ ਸੀ ਵੀ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਨਾ ਦੇਣਾ ਜਿਵੇਂ ਮੈਂ ਪ੍ਰੈਸ ਕਾਨਫਰੰਸ ਕਿਹਾ ਸਾਡੀ ਐਡੀ ਯੂਨੀਵਰਸਿਟੀ ਹੋਵੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਵੇ ਨਾ ਉਹਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਵੇ ਪਰ ਉੱਥੇ ਕੁਐਸਚਨ ਪੇਪਰ ਜਿਹਨਾਂ ਨੂੰ ਪ੍ਰਸ਼ਨ ਪੱਤਰ ਕਹਿੰਦੇ ਨੇ ਉਹ ਸਿਰਫ ਤੇ ਸਿਰਫ ਇੰਗਲਿਸ਼ ਭਾਸ਼ਾ ਦੇ ਵਿੱਚ ਆਉਣ ਮੇਰੇ ਕੋਲ ਹਜੇ ਵੀ ਗੱਡੀ 'ਚ ਉਹ ਪ੍ਰਸ਼ਨ ਪੱਤਰ ਪਏ ਨੇ ਜਦੋਂ ਅਸੀਂ ਜਰਨਲਿਜ਼ਮ ਦਾ ਲਾਸਟ ਈਅਰ ਡਿਪਲੋਮਾ ਕਰ ਰਿਹਾ ਸੀ ਮੈਂ ਸੋ ਮੇਰਾ ਬੜਾ ਦਿਲ ਦੁਖਿਆ ਵੀ ਪੰਜਾਬੀ ਮਾਂ ਬੋਲੀ ਨਾਲ ਇੰਨੀ ਬੇਕਦਰੀ ਕੀਤੀ ਜਾ ਰਹੀ ਆ ਸੋ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਅਸੀਂ ਹਰ ਤਰ੍ਹਾਂ ਦਾ ਵਰਕ ਕਰ ਰਹੇ ਹਾਂ ਕਰਦੇ ਰਹਾਂਗੇ ਪੰਜਾਬੀ ਮਾਂ ਬੋਲੀ ਬਚਾਉਣੀ ਸਾਡੇ ਬੱਚਿਆਂ ਨੂੰ ਸਿਖਾਉਣੀ ਬੜੀ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਆਪਦਾ ਮਾਂ ਬੋਲੀ ਖੋ ਦੇਵਾਂਗੇ ਜੇ ਕਹਿ ਦੇਵਾਂ ਤਾਂ ਕੋਈ ਝੂਠ ਨਹੀਂ ਹੋਵੇਗਾ ਤੁਹਾਡੀ ਪ੍ਰੈਸ ਰਿਲੀਜ਼ ਅੱਜ ਬੁੱਕ ਰਿਲੀਜ਼ ਕੀਤੀ ਹੈ ਰੁਪਿੰਦਰ ਹਾਂਡਾ ਨੇ ਅਤੇ ਉਹਨਾਂ ਨੇ ਤੁਹਾਡੇ ਗਾਣਾ ਵੀ ਗਾਇਆ ਹੋਇਆ ਜਿਹੜੇ ਆਪਾਂ ਮੋਬਾਈਲ ਵੀਡੀਓ ਦੇਖਦੇ ਹਾਂ ਤੁਸੀਂ ਇਨ ਫਿਊਚਰ ਵੀ ਇਸ ਸਿੰਗਿੰਗ ਪੈਸ਼ਨ 'ਚ ਵੀ ਆਉਣਾ ਚਾਹੋਗੇ ਕਿ ਹਾਂ ਵਧੀਆ ਗਾਣੇ ਜਿਹੜੇ ਸੱਭਿਆਚਾਰਕ ਗਾਣੇ ਸੱਭਿਆਚਾਰਕ ਜਿਹੜੇ ਸਿੰਗਰ ਗਾਉਂਦੇ ਨੇ ਉਹਨਾਂ ਨੂੰ ਦੇਣ ਦਾ ਕੁਛ ਸ਼ੌਂਕ ਹੈਗਾ ਹਾਂ ਜੀ ਐਜ਼ ਏ ਰਾਈਟਰ ਤਾਂ ਮੈਂ ਜੀ ਮੋਟੀਵੇਸ਼ਨਲ ਸੌਂਗ ਸਿਰਫ ਜਿਹੜੇ ਸੱਭਿਆਚਾਰ ਦੇ ਰਿਲੇਟਡ ਹੋਣ ਜਿਹੜੇ ਪੰਜਾਬੀ ਮਾਂ ਬੋਲੀ ਦੀ ਕਦਰ ਕਰਦੇ ਹੋਣ ਜਿਹਦੇ ਵਿੱਚ ਕੋਈ ਅਸੱਭਿਅਕ ਸ਼ਬਦ ਨਾ ਹੋਵੇ ਇੱਦਾਂ ਦੇ ਗੀਤ ਲਿਖੇ ਆ ਲਿਖਦਾ ਰਹਾਂਗਾ ਕੋਸ਼ਿਸ਼ ਕਰਾਂਗਾ ਇੱਕ ਵਧੀਆ ਸੌਂਗ ਇੱਕ ਹੋਰ ਆ ਮੇਰੇ ਕੋਲ ਵੀ ਰੁਪਿੰਦਰ ਜੀ ਉਹ ਵੀ ਕਰਨ ਅਤੇ ਹੋਰ ਵੀ ਸਿੰਗਰ ਜਿਵੇਂ ਡੈਵੀ ਭਾਅ ਜੀ ਆਏ ਸੀ ਅਤੇ ਇਹਨਾਂ ਨਾਲ ਵੀ ਕੋਈ ਗੱਲ ਹੋਈ ਸੀ ਇਹ ਵੀ ਕਿਸੇ ਸਿੰਗਰ ਤੋਂ ਇਹ ਮਿਊਜ਼ਿਕ ਡਾਇਰੈਕਟਰ ਨੇ ਸੋ ਕੋਸ਼ਿਸ਼ ਕਰਦੇ ਰਹਾਂਗੇ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਅਸੀਂ ਚਾਹਾਂਗੇ ਕਿ ਤੁਸੀਂ ਇੱਦਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਬਹੁਤ ਧੰਨਵਾਦ ਬਹੁਤ ਧੰਨਵਾਦ ਇਹ ਸੀਗੇ ਸਾਡੇ ਨਾਲ ਸੁੱਖ ਜੀ ਅਤੇ ਜਿਨ੍ਹਾਂ ਦੀ ਆਈ ਹੈ ਨਵੀਂ ਕਿਤਾਬ ਤੁਸੀਂ ਉਹਨਾਂ ਨੂੰ ਪਿਆਰ ਦੇਣਾ ਹੈ ਅਤੇ ਤੁਸੀਂ ਬਣੇ ਰਹੋ ਦੇਸੀ ਚੈਨਲ ਦੇ ਨਾਲ